जी किदा लग्या तुहानूं पाकिस्तान आके? बहुत चंगा लगा, गुरु नानक देव जी की धरती है, सानू इत्थे मौका मिलिया दर्शन करन दा, महाराज दे दर्शन कीते असी। अच्छा तुसी पहली दफा आए हो या अगे भी आए? नहीं पहली दफा। अच्छा तुहाडा नाम की है? नाम पुछना भुल गया मैं। नाम सतनाम कौर। अच्छा ते केड़ी जगह तो आए? असी टाटा नगर झारखंड। अच्छा ये दसो तुसी पहली दफा आए ते दिल दे विच किन्ना चाह सी तुहानूं? बहुत चाह सी कि गुरु नानक देव जी दा ही चरण स्थान देखण जाणा। अच्छा तुसी पिछे जा के की कहोगे जेड़े तुहाडे सिख बरादरी आ उन्हां नूं? ਅਸੀਂ ਦੱਸਾਂਗੇ ਕਿ ਬਹੁਤ ਮਹਾਰਾਜ ਗੁਰੂ ਮਹਾਰਾਜ ਨੇ ਬਹੁਤ ਸੰਭਾਲ ਕੇ ਰੱਖਿਆ, ਉਹਨਾਂ ਨੇ ਬਹੁਤ ਸੇਵਾ ਕਰਦੇ ਆ। ਹਾਂਜੀ ਇੱਥੇ ਇੰਨੀ ਸੰਗਤ ਗਈ ਆ, ਸਭ ਦਾ ਬਹੁਤ ਇੰਤਜ਼ਾਮ ਰੱਖਿਆ। ਖਾਲੀ ਇਹ ਕਿਹਾ ਕਿ ਚਲੋ ਜਿਸ ਤਰ੍ਹਾਂ ਅੰਮ੍ਰਿਤਸਰ ਆ, ਹਜ਼ੂਰ ਸਾਹਿਬ ਆ, ਸਾਡੇ ਤਖ਼ਤ ਹੋਰ ਵੀ ਹੈਗੇ ਆ, ਉੱਥੇ ਪੂਰਾ ਇੰਤਜ਼ਾਮ ਕਮਰਿਆਂ ਦਾ ਹੁੰਦਾ, ਕਮਰੇ ਦੀ ਮਿਲਣਾ ਇਸ ਗੱਲੋਂ ਦੁਖੀ ਆਏ ਸੀ। ਕਮਰੇ ਮਿਲ ਜਾਣਾ ਤੇ ਫਿਰ ਅਸੀਂ ਆਰਾਮ ਨਾਲ ਰਹਿ ਸਕਦੇ ਹੈ ਨਾ, ਇੱਦਾਂ ਫਿਰ ਬਾਥਰੂਮ ਦੀ ਦਿੱਕਤ ਹੁੰਦੀ ਆ। ਪਾਕਿਸਤਾਨੀਆਂ ਨੇ ਤੁਹਾਡਾ ਬੜਾ ਵੈਲਕਮ ਕੀਤਾ, ਕਿੰਨੀ ਖੁਸ਼ੀ ਹੋਈ? ਬਹੁਤ ਖੁਸ਼ੀ ਹੋਈ, ਬਹੁਤ ਖੁਸ਼ੀ, ਬਹੁਤ ਖੁਸ਼ੀ। ਕੋਈ ਚੀਜ਼ ਦੀ ਕਮੀ ਨੀ ਛੱਡੀ, ਬਹੁਤ ਸੋਹਣੇ ਨਾਲ ਗੱਲ ਕਰਦੇ, ਬਹੁਤ ਪਿਆਰ ਨਾਲ ਕਰਦੇ, ਭੈਣ ਜੀ ਮਾਂ ਜੀ ਮਹਾਰਾਜ ਦਰਸ਼ਨ ਕਰਨ ਦਾ ਬਹੁਤ ਚੰਗਾ ਲੱਗਾ, ਬਹੁਤ ਚੰਗਾ ਲੱਗਾ, ਕਹਿ ਨੀ ਸਕਦੇ। ਅੱਛਾ ਜਿਹੜੇ ਲੋਕ ਉੱਥੇ ਨਹੀਂ ਆ ਸਕੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ? ਇਹੀ ਬੋਲਾਂਗੇ ਤੁਸੀਂ ਵੀ ਜਾਓ ਦਰਸ਼ਨ ਕਰੋ, ਬਹੁਤ ਉੱਥੇ ਪ੍ਰੇਮੀ ਹੈ, ਆਪਣੇ ਭਰਾ ਭੈਣ ਭਰਾ ਵਾਂਗ ਰਹਿੰਦੇ ਆ, ਕੋਈ ਇਹੋ ਜਿਹੀ ਕੋਈ ਨੀ, ਕੋਈ ਇਹੋ ਜਿਹੀ ਨੀ, ਕੋਈ ਡਰਾਉਂਦੇ ਇੱਥੇ ਨਾ ਜਾਏ, ਉੱਥੇ ਨਾ ਜਾਏ, ਉੱਥੇ ਜਾਏ, ਕੋਈ ਉਹ ਡਰ ਨੀ ਹੈਗਾ, ਕੋਈ ਇਹੋ ਜਿਹਾ ਨੀ, ਬਸ ਬਹੁਤ ਕੋਈ ਬਹੁਤ ਚੰਗਾ, ਬਹੁਤ ਚੰਗਾ ਲੱਗਾ। ਅੱਛਾ ਤੁਸੀਂ ਇੱਥੇ ਤੁਹਾਡਾ ਕਿਹੜਾ ਪਿੰਡ ਸੀ ਪਾਕਿਸਤਾਨ ਦੇ ਵਿੱਚ? ਸਾਡਾ ਪਾਕਿਸਤਾਨ 'ਚ, ਸਾਡਾ ਹੀ ਪਾਕਿਸਤਾਨ 'ਚ ਸੀ, ਅਸੀਂ ਪਾਕਿਸਤਾਨ 'ਚ ਹੀ ਸੀ, ਸਭ ਸਾਡੇ ਦਾਦੇ ਦੂਦੇ ਸਭ। ਹਾਂ ਨਹੀਂ ਮਤਲਬ ਤੁਸੀਂ ਕਿਹੜੇ? ਅੰਮ੍ਰਿਤਸਰ। ਨਹੀਂ ਹੁਣ ਪਹਿਲੇ ਤੁਹਾਡੇ ਦਾਦੇ? ਦਾਦੇ ਸਾਡੇ ਕਿਹੜਾ ਜ਼ਿਲ੍ਹਾ ਸੀ ਉਹਨਾਂ ਦਾ ਕੋਈ ਯਾਦ? ਉਹ ਵੀ ਇੱਥੇ ਦੇ ਸੀ, ਪਾਕਿਸਤਾਨ ਤੋਂ ਬਾਅਦ ਉੱਥੇ ਚੱਲ ਗਏ, ਉੱਥੇ ਅੰਮ੍ਰਿਤਸਰ ਦੇ ਹੀ ਸੀਗੇ, ਉਹ ਵੀ ਇੱਥੇ ਦੇ ਸੀਗੇ। ਅੱਛਾ ਹਾਂ, ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਹੈ, ਪਿੰਡ ਮਲੂ ਨਗਰ। ਅੱਛਾ ਰਾਜਾ ਸਾਸੀ ਲਾਂਕੇ ਹੈ ਨਾ। ਅੱਛਾ ਤੁਸੀਂ ਕਿੰਨੇ ਲੋਕ ਆਏ ਹੋ? ਮਤਲਬ ਕਿ ਟਾਟਾ ਤੋਂ ਸਾਡਾ 19 ਦਾ ਵੀਜ਼ਾ ਲੱਗਾ ਸੀ। ਅੱਛਾ ਤੇ ਉੱਥੇ ਮਤਲਬ ਕਿ ਬਹੁਤ ਜਣਿਆਂ ਦਾ ਵੀਜ਼ਾ ਨਹੀਂ ਲੱਗਾ। ਅੱਛਾ ਅੱਛਾ, 10-15 ਜਣ ਆਏ, ਬਾਕੀ ਦੇ ਵੀਜ਼ਾ ਨਹੀਂ ਹੋਇਆ। ਕਿੰਨੇ ਦਿਨਾਂ ਲਈ ਆਏ ਤੁਸੀਂ? ਬਸ 4 ਦਿਨ ਸਾਡੇ ਤੇ ਰਿਟੇ ਨੇ। ਅੱਛਾ ਤੇ ਹੁਣ ਤੁਸੀਂ ਕਿੱਥੇ ਕਿੱਥੇ ਘੁੰਮਣਾ ਵਾ? ਜਿੱਥੇ ਬੱਸਾਂ ਲੈ ਜੂਗੀਆਂ। ਅੱਛਾ ਉਹਨਾਂ ਦੇ ਨਾਲ ਹੀ? ਹਾਂਜੀ ਬਸ ਸੌਦਾ ਕਰਤਾਰਪੁਰ ਸਾਰੇ ਅਸੀਂ ਜਾਣਾ ਦਰਸ਼ਨ ਕਰਕੇ। ਹੈ ਹੁਣ ਸੱਚਾ ਪੰਜਾ ਸਾਹਿਬ ਵੀ ਆ, ਉੱਥੇ ਵੀ ਜਾਣਾ? ਜਿੱਥੇ ਜਿੱਥੇ ਬੱਸ ਲੈ ਜੂ ਸਾਨੂੰ, ਬੱਸ ਸਾਹਿਬ ਸਾਨੂੰ ਘੁਮਾਓਗੇ, ਤੇ ਅਸੀਂ ਤੁਹਾਡੇ ਮਹਿਮਾਨ, ਤੁਹਾਡੇ ਦੇਸ਼ ਤੇ ਤੁਸੀਂ ਘੁਮਾ ਦੋ, ਘੁੰਮ ਲਵਾਂਗੇ। ਅੱਛਾ ਚਲੋ ਤੁਸੀਂ ਐਂਡ ਤੇ ਜਿਹੜੀ ਆਵਾਮ ਦੇਖ ਰਹੀ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਬਸ ਇਹੀ ਗੱਲ ਬੋਲਣਾ ਚਾਹੁੰਦੇ ਹਾਂ ਕਿ ਬਹੁਤ ਬਹੁਤ ਤੁਹਾਡਾ ਧੰਨਵਾਦ, ਬਹੁਤ ਬਹੁਤ ਸ਼ੁਕਰੀਆ, ਵਾਹਿਗੁਰੂ ਤੁਹਾਨੂੰ ਇਤਨਾ ਚੜ੍ਹਦੀ ਕਲਾਸ 'ਚ ਰੱਖੇ, ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਦੇਵ ਜੀ ਦਾ ਧਰਮ ਸਥਾਨ ਸੰਭਾਲ ਕੇ ਸਾਨੂੰ ਬਹੁਤ ਖੁਸ਼ੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਨਹੀਂ ਤੁਸੀਂ ਅੰਦਰ ਜਾ ਕੇ ਦੇਖਿਆ ਹੋਣਾ। ਹਾਂਜੀ ਹਾਂਜੀ, ਬਹੁਤ ਬਹੁਤ।